ਅੱਜ ਗੱਲ ਇਹ ਹੈ ਕਿ ਜੋ ਪੰਜਾਬ ਦੇ ਹਾਲਾਤ ਨੇ, ਕਿ ਮੈਂ ਕਹੂੰਗਾ ਕਿ ਡੈਮੋਕ੍ਰੇਸੀ ਦਾ ਕਤਲ, ਡਿਕਟੇਟਰਸ਼ਿਪ ਨਾਲ ਸੈਂਟਰ ਗੌਰਮੈਂਟ ਜਿਹੜੀ ਨਾਲ ਰਲੀ ਹੋਈ ਹੈ, ਤੁਸੀਂ ਪੰਜਾਬ ਦੇ ਅੰਦਰ ਕਿਤੇ ਵੀ ਡਿਬੜੂਗੜ੍ਹ ਜਾਂ ਭਾਈ ਅੰਮ੍ਰਿਤਪਾਲ ਦੀ ਗੱਲ ਕਰੋਗੇ ਤਾਂ ਤੁਹਾਡੇ ਜਿੰਨੇ ਅਕਾਊਂਟ ਨੇ ਉਹ ਬੰਦ। ਤੁਸੀਂ ਜੋ ਮਰਜ਼ੀ ਕਰ ਲਓ, ਤੁਸੀਂ ਇੱਕ ਲਫ਼ਜ਼ ਬੋਲੋਗੇ ਮੇਰੇ ਦੇਖਣ, ਜਿਹੜਾ ਮੈਂ ਇੱਥੇ ਬੋਲ ਰਿਹਾ ਇਹ ਵੀ ਸ਼ਾਇਦ ਤੁਹਾਡਾ 5 ਮਿੰਟ ਉਹਨਾਂ ਨੇ ਨਹੀਂ ਚੱਲਣ ਦੇਣਾ। ਤਾਂ ਆਈਡੀ, ਪੇਜ, ਟਵਿੱਟਰ ਮੇਰਾ, ਮੇਰੇ ਲੜਕੇ ਦਾ, ਅੱਜ ਸ਼ਾਇਦ ਉਹ ਵੀ ਹਾਈਕੋਰਟ 'ਚ ਪ੍ਰੈਸ ਕਾਨਫਰੰਸ ਕਰਨ ਲੱਗਾ ਹੈ। ਤਾਂ ਇੱਥੋਂ ਤੱਕ ਜੋ ਅਸੀਂ ਲਫ਼ਜ਼ ਬੋਲਦੇ ਹਾਂ ਉਹ ਸਾਡਾ, ਉਹਨਾਂ ਨੇ ਇੱਕ ਲਫ਼ਜ਼ ਪੂਰਾ ਨਹੀਂ ਹੋਣ ਦੇਣਾ ਉਹਨਾਂ ਨੇ। ਕਿ ਮੈਂ ਕਹੂੰਗਾ ਪੰਜਾਬ ਦੇ ਅੰਦਰ ਇਸ ਵਕਤ ਇਹਦੇ ਨਾਲ ਬੈਟਰ ਹੈ ਕਿ ਇੱਥੇ ਡਿਕਟੇਟਰਸ਼ਿਪ, ਰਾਸ਼ਟਰਪਤੀ ਰਾਜ ਹੋ ਜਾਵੇ, ਅਤੇ ਉਹ ਬੈਟਰ ਮੈਂ ਕਹੂੰਗਾ ਇਹਦੇ ਨਾਲੋਂ। ਜਿਹੜੇ ਇਹਨਾਂ ਦੇ ਸੀਨੀਅਰ ਆਪਣੇ ਦੇ ਇਹਨਾਂ ਦੇ ਹੈਗੇ ਨੇ ਅਫੀਸਰ ਨੇ, IPS, ਉਹ ਬੈਠੇ ਹੀ ਇਸ ਕੰਮ ਲਈ ਨੇ। ਮੈਂ ਅੱਗੇ ਵੀ ਕਿਹਾ ਸੀ ਕਿ ਤੁਸੀਂ ਜਿਹੜੀ ਕਹਿੰਦੇ ਹੋ ਫਰੀਡਮ ਆਫ ਸਪੀਚ ਹੈ, ਉਸ ਚੈਪਟਰ ਨੂੰ ਤੁਸੀਂ ਪਾੜ ਕੇ ਸੁੱਟ ਕਿਉਂ ਨਹੀਂ ਦਿੰਦੇ? ਤੁਸੀਂ ਬੋਲਣ ਤੁਸੀਂ ਨਹੀਂ ਦੇਣਾ, ਪੀਸਫੁਲ ਪ੍ਰੋਟੈਸਟ ਤੁਸੀਂ ਨਹੀਂ ਕਰਨ ਦੇਣਾ, ਕੋਈ ਤੁਸੀਂ ਗੱਲ ਜਿਹੜੀ ਮੀਡੀਆ 'ਤੇ ਆਉਣੀ ਹੈ ਤੁਸੀਂ ਨਹੀਂ ਰਹਿਣ ਦੇਣੀ, ਤਾਂ ਫਿਰ ਇਸ ਸਟੇਟ ਦੇ ਅੰਦਰ ਸਰਕਾਰ ਦਾ ਕੀ ਫਾਇਦਾ ਹੈ? ਦੇਖੋ ਕੋਈ MLA ਹੈ, ਕੋਈ ਮਿਨਿਸਟਰ ਹੈ, ਕੋਈ ਬੰਦਾ ਇਸ ਪੁਆਇੰਟ 'ਤੇ ਨਹੀਂ ਬੋਲਦਾ। ਕਾਰਨ ਕੀ ਹੈ? ਸਾਨੂੰ ਤਾਂ ਸਿਰਫ ਲੁੱਟਣ ਤੋਂ ਬਿਨਾਂ ਹੋਰ ਸਾਨੂੰ ਕੁਛ ਨਹੀਂ ਚਾਹੀਦਾ ਪੰਜਾਬ ਦੇ ਅੰਦਰ। ਪੰਜਾਬ ਦੀ ਗੱਲ ਕਰੋਗੇ ਜਾਂ ਆਪਦੇ ਕੌਮ ਦੀ ਗੱਲ ਕਰੋਗੇ, ਆਪਦੇ ਖਿੱਤੇ ਦੀ ਗੱਲ ਕਰੋਗੇ, ਤਾਂ ਇਹ ਸਰਕਾਰਾਂ ਤੁਹਾਨੂੰ ਜਿਹੜੀਆਂ ਨੇ ਅੱਤਵਾਦੀ ਅਤੇ ਵੱਖਵਾਦੀ ਡਿਕਲੇਅਰ ਕਰਦੀਆਂ ਨੇ। ਸੋ ਮੈਂ ਹੁਣ ਪਰਸੋਂ ਦੀ ਗੱਲ ਹੈ, ਗੱਲ ਕੁਛ ਵੀ ਨਹੀਂ, ਪੀਸਫੁਲ ਪ੍ਰੋਟੈਸਟ ਆ। ਹੁਣ ਤੁਸੀਂ ਦੱਸੋ ਕਿ ਅੰਮ੍ਰਿਤਸਰ ਜਿਹੜਾ ਇੱਕ ਪੀਸਫੁਲ ਪ੍ਰੋਟੈਸਟ ਹੋਇਆ ਹੈ, ਕੀ ਉਸ ਦੇ ਵਿੱਚ ਕੋਈ ਬਲਾਸਟ ਹੋਇਆ? ਕੀ ਉਸ 'ਚ ਕੋਈ ਬੰਦੇ ਮਾਰੇ ਗਏ ਨੇ? ਤਾਂ ਸਾਡੇ ਜਾਣ ਤੋਂ ਪਹਿਲਾਂ ਸਾਨੂੰ ਹਾਊਸ ਅਰੈਸਟ ਕੀਤਾ ਗਿਆ। ਦੱਸੋ ਕਿਹੜੇ ਲਾਅ ਦੇ ਪ੍ਰੋਵੀਜ਼ਨ 'ਚ ਆਉਂਦਾ? ਕੀ ਮੇਰੀ ਤੁਸੀਂ ਬੈਕਗ੍ਰਾਊਂਡ ਚੈੱਕ ਕੀਤੀ ਸੀ? ਕੀ ਤੁਸੀਂ ਮੈਨੂੰ ਅੱਤਵਾਦੀ ਵੱਖਵਾਦੀ ਡਿਕਲੇਅਰ ਕੀਤਾ? ਤਾਂ ਇਹਨਾਂ ਦੇ ਨਾਲ ਜਿਹੜੀ ਸੈਂਟਰ ਗੌਰਮੈਂਟ ਰਲੀ ਹੋਈ ਹੈ। ਸੋ ਸਾਨੂੰ ਜਿਹੜੇ ਸਿੱਖਾਂ ਨੂੰ ਇਸ ਦੇਸ਼ ਦੇ ਅੰਦਰ, ਮੈਂ ਕਹੂੰਗਾ ਅਸੀਂ ਦੂਜੇ ਨੰਬਰ ਦੇ ਸ਼ਹਿਰ ਨਹੀਂ, ਤੀਜੇ ਚੌਥੇ 'ਤੇ ਪਹੁੰਚ ਚੁੱਕੇ। ਸੋ ਇਹਦੇ ਨਾਲ ਤਾਂ ਬੈਟਰ ਹੈ ਕਿ ਸਾਨੂੰ ਜਿਹੜਾ ਵੱਖਵਾਦੀ ਵਾਲਾ ਤਗਮਾ ਉਹ ਪੂਰਾ ਹੀ ਕੀਤਾ ਜਾਵੇ। ਜੇ ਤੁਸੀਂ ਸਾਨੂੰ ਬੋਲਣ ਨਹੀਂ ਦੇਣਾ, ਸਾਨੂੰ ਗੋਲੀਆਂ ਮਾਰਨੀਆਂ ਨੇ, ਸਾਨੂੰ ਪੀਸਫੁਲ ਪ੍ਰੋਟੈਸਟ ਨਹੀਂ ਕਰਨ ਦੇਣਾ, ਤਾਂ ਫਿਰ ਡੈਮੋਕ੍ਰੇਸੀ ਨਾਂ ਦੀ ਇਸ ਕੰਟਰੀ 'ਚ, ਪੰਜਾਬ 'ਚ ਕੋਈ ਚੀਜ਼। ਅੱਜ ਗੱਲ ਇਹ ਹੈ ਕਿ ਜੋ ਪੰਜਾਬ ਦੇ ਹਾਲਾਤ ਨੇ, ਕਿ ਮੈਂ ਕਹੂੰਗਾ ਕਿ ਡੈਮੋਕ੍ਰੇਸੀ ਦਾ ਕਤਲ, ਡਿਕਟੇਟਰਸ਼ਿਪ ਨਾਲ ਸੈਂਟਰ ਗੌਰਮੈਂਟ ਜਿਹੜੀ ਨਾਲ ਰਲੀ ਹੋਈ ਹੈ, ਤੁਸੀਂ ਪੰਜਾਬ ਦੇ ਅੰਦਰ ਕਿਤੇ ਵੀ ਡਿਬੜੂਗੜ੍ਹ ਜਾਂ ਭਾਈ ਅੰਮ੍ਰਿਤਪਾਲ ਦੀ ਗੱਲ ਕਰੋਗੇ ਤਾਂ ਤੁਹਾਡੇ ਜਿੰਨੇ ਅਕਾਊਂਟ ਨੇ ਉਹ ਬੰਦ। ਤੁਸੀਂ ਜੋ ਮਰਜ਼ੀ ਕਰ ਲਓ, ਤੁਸੀਂ ਇੱਕ ਲਫ਼ਜ਼ ਬੋਲੋਗੇ ਮੇਰੇ ਦੇਖਣ, ਜਿਹੜਾ ਮੈਂ ਇੱਥੇ ਬੋਲ ਰਿਹਾ ਇਹ ਵੀ ਸ਼ਾਇਦ ਤੁਹਾਡਾ 5 ਮਿੰਟ ਉਹਨਾਂ ਨੇ ਨਹੀਂ ਚੱਲਣ ਦੇਣਾ। ਤਾਂ ਆਈਡੀ, ਪੇਜ, ਟਵਿੱਟਰ ਮੇਰਾ, ਮੇਰੇ ਲੜਕੇ ਦਾ, ਅੱਜ ਸ਼ਾਇਦ ਉਹ ਵੀ ਹਾਈਕੋਰਟ 'ਚ ਪ੍ਰੈਸ ਕਾਨਫਰੰਸ ਕਰਨ ਲੱਗਾ ਹੈ। ਤਾਂ ਇੱਥੋਂ ਤੱਕ ਜੋ ਅਸੀਂ ਲਫ਼ਜ਼ ਬੋਲਦੇ ਹਾਂ ਉਹ ਸਾਡਾ, ਉਹਨਾਂ ਨੇ ਇੱਕ ਲਫ਼ਜ਼ ਪੂਰਾ ਨਹੀਂ ਹੋਣ ਦੇਣਾ ਉਹਨਾਂ ਨੇ। ਕਿ ਮੈਂ ਕਹੂੰਗਾ ਪੰਜਾਬ ਦੇ ਅੰਦਰ ਇਸ ਵਕਤ ਇਹਦੇ ਨਾਲ ਬੈਟਰ ਹੈ ਕਿ ਇੱਥੇ ਡਿਕਟੇਟਰਸ਼ਿਪ, ਰਾਸ਼ਟਰਪਤੀ ਰਾਜ ਹੋ ਜਾਵੇ, ਅਤੇ ਉਹ ਬੈਟਰ ਮੈਂ ਕਹੂੰਗਾ ਇਹਦੇ ਨਾਲੋਂ। ਜਿਹੜੇ ਇਹਨਾਂ ਦੇ ਸੀਨੀਅਰ ਆਪਣੇ ਦੇ ਇਹਨਾਂ ਦੇ ਹੈਗੇ ਨੇ ਅਫੀਸਰ ਨੇ, IPS, ਉਹ ਬੈਠੇ ਹੀ ਇਸ ਕੰਮ ਲਈ ਨੇ। ਮੈਂ ਅੱਗੇ ਵੀ ਕਿਹਾ ਸੀ ਕਿ ਤੁਸੀਂ ਜਿਹੜੀ ਕਹਿੰਦੇ ਹੋ ਫਰੀਡਮ ਆਫ ਸਪੀਚ ਹੈ, ਉਸ ਚੈਪਟਰ ਨੂੰ ਤੁਸੀਂ ਪਾੜ ਕੇ ਸੁੱਟ ਕਿਉਂ ਨਹੀਂ ਦਿੰਦੇ? ਤੁਸੀਂ ਬੋਲਣ ਤੁਸੀਂ ਨਹੀਂ ਦੇਣਾ, ਪੀਸਫੁਲ ਪ੍ਰੋਟੈਸਟ ਤੁਸੀਂ ਨਹੀਂ ਕਰਨ ਦੇਣਾ। ਕੋਈ ਸਤਿ ਸ਼੍ਰੀ ਅਕਾਲ, ਪਲੀਜ਼ ਸਾਡੇ ਚੈਨਲ ਸਾਂਝਾ ਪੰਜਾਬ ਨੂੰ ਲਾਈਕ ਅਤੇ ਸਬਸਕ੍ਰਾਈਬ ਕਰੋ YouTube 'ਤੇ।